ਕਦੇ ਜਾਂਦੇ ਆ ਗੇੜਾ ਛੇੜਾ ਲਾਉਂਦੇ ਆ ਕਿਤੇ ਕੁਛ ਨਵਾਂ ਮਿਲਦਾ ਤਾਂ ਤੁਹਾਨੂੰ ਦਿਖਾਉਂਦੇ ਆ ਯੂਏਈ ਚ ताकत रहती है तुझको टाटा दिन टैक्सियां चल दियां हाइब्रिड टोयोटा होया हुंडई हुई ते वड्डियां टैक्सियां लैंड मतलब के रोलर रस्ते भी हैगी आ ते फरारी भी हैगी आ लैम्बोर्गिनी टैक्सी दुबई च तां टैक्सियां वड्डियां भी हैगियां टेस्ला भी टैक्सी चाहिए बापू ट्रेडिंग शीशा बहुत पीते लोग शीशा बहुत है इतने शीशा इन्होंने पकड़ा हुक्का पीना शीशा पीना इतना बहुत ज़्यादा तंबाकू ट्रेडिंग लाइसेंस आप जाना इटली साइड क्रॉसिंग है नहीं तो धक्के ना करनी पैनी है धक्के ना क्रॉसिंग महंगी पै सकती है इतनी ट्राई कर दें धक्का क्रॉसिंग आहो चंगे तड़के लाई जाता लगता रेस्टोरेंट कोई रेंज रोवर अपने अगे अगे खड़ गई है 707 नंबर भी वी आई गड्डी भी कैंट हवा बहुत तेज चली जाती है पर साइकिल तो जान का अपने नहीं आ रहा यार वो गुद्दा सिंह भी साइकिल की पर आप भी साइकिल चलाई जाने अपना साइकिल थोड़ा सस्ता बड़ा महंगा नहीं है वह महंगा साइकिल जिन्हें ज्यादा साइकिल इंडिया तो कीनिया लिया तो पैसे लगे उन्हें अपना साइकिल नहीं गा हूँ आप जाना उधर ये मतलब कि गड्डी गलत राह आ गई जी उधर जाने लगी वापस जाना पूरा क्योंकि रास्ता नहीं है उधर जाने लिए राह च कटना पूरा साइकिल नाल जी गल मैं नहीं करना चाहता सही करनी पेगी टेस्ला आ गई अपने सामने मित्रों टेस्ला बेस मॉडल टेस्ला नून डिलीवरी हम देखना वो आसे पासे पुलिस खड़ी है कि नहीं कितने यार हमें चाके रही पड़ के फाइन पड़े लांगे लांगे मित्रों लांगे इधर भी लांगे आगे 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 अपने राज आगे बड़ा जोखिम भरा क्रॉसिंग ये चीज़ तो ना कैमरे से देखनी पैनी है कि कैमरा आना क्या होगा कैमरा आनी अपना देख सकते रेंज रोवर फिर आ गई आप पा लेने शॉर्टकट का टोयोटा टोयोटा निसान सुन जा कि निशान टोयोटा मिलनी है
ਆਹ ਤਾਂ ਕੋਈ ਚੰਗਾ ਹੀ ਚੇਪੀਆਂ ਵਾਲਾ ਆਸ਼ਿਮ ਹੈਲੀਕਾਪਟਰ ਆਉਂਦਾ ਆਪਣੇ ਉੱਪਰ ਬਹੁਤ ਨੀਵਾਂ ਉੱਡੀ ਜਾਂਦਾ ਚੜ੍ਹਦੀ ਸਵੇਰੇ ਆਹ ਹੈ ਮਾਹੌਲ ਦੇਖਣ ਵਾਲਾ ਤਾਂ ਸਾਈਕਲ ਦਾ ਫਾਇਦਾ ਜਿੱਧਰ ਮਰਜ਼ੀ ਕੱਢ ਦੇ ਉੱਧਰ ਹੀ ਚੱਲ ਜਾਂਦਾ ਹਾਂ ਹੀ ਪਿਆ ਸਾਈਕਲ ਦਾ ਪਰ ਜੇ ਰੋਕ ਲਿਆ ਸਾਈਕਲ ਹੀ ਲੈ ਕੇ ਆਉਣਗੇ ਚਲਾਨ ਨਹੀਂ ਕਰਦੇ ਜੇ ਤਾਂ ਲਾਓ ਨਹੀਂ ਫਿਰ ਵੀ ਚੱਲਦਾ ਸਾਈਕਲ ਫਿਰ ਵੀ ਚੱਲਦਾ ਲਾਓਰ ਤਾਂ ਨਹੀਂ ਚੱਕ ਹੀ ਲੈ ਜਾਂਦਾ ਸਾਈਕਲ ਦਿੰਦੇ ਨਹੀਂ ਮਾਰਨੇ ਮੁੜੇ ਵੀ ਤੁਸੀਂ ਵਾਰਨਿੰਗ ਦੇ ਦਿਓ ਇੱਕ ਅੱਧੀ ਸਾਈਕਲ ਖੋਖ ਲੈਣਾ ਬੰਦਾ 10 ਕਿਲੋਮੀਟਰ ਆਇਆ ਸਾਈਕਲ 'ਤੇ ਤਾਂ ਤੁਸੀਂ ਖੋਖ ਲੈ ਜਾਵੇ ਜਾਓ ਕਿਵੇਂ ਓਹੋ ਮੈਚ ਚੱਲੀ ਜਾਂਦਾ ਲੈ ਵੀ ਦੱਸ ਰਿਹਾ ਹੋ ਗਿਆ ਇਹ ਤਾਂ ਵੀਡੀਓ ਬਣਾਉਣੀ ਬਣਦੀ ਇਹਨਾਂ ਦੀ ਭਾਈ ਦੇਖੋ ਬਾਹਰ ਦੀਆਂ ਟੀਮਾਂ ਆਈਆਂ ਇਹ ਤਾਂ ਲੈ ਮਾਹੌਲ ਹੀ ਬਣ ਗਿਆ ਯਾਰ ਬੜਾ ਬੜਾ ਟੀਮ ਆਇਆ ਹੋਇਆ ਹੈ ਇਹ ਸਹੀ ਹੈ ਅੰਬ ਇੱਧਰ ਖਾਰਾ ਪੀ ਗਿਆ ਖੁੱਲ੍ਹ ਕੇ ਮੈਚ ਕੇ ਇੰਜੋਏ ਕਰੇਗਾ ਇੱਕਦਮ ਗੱਡੀਆਂ ਇਕੱਠੀਆਂ ਲਈ ਜਾਂਦੇ ਆ ਰੇਹ ਲਾਉਂਦੇ ਆ ਉਹ ਉੱਪਰ ਵੀ ਚੱਲੀ ਜਾਂਦਾ ਆਹ ਟੀਮ ਅੱਡ ਆ ਉਹ ਅਲੱਗ ਆ ਉਹ ਅਲੱਗ ਆ ਕੱਟ ਉਹ ਤੇਰੀ ਥੋੜ੍ਹਾ ਲੰਬਾ ਹੋਣਾ ਸੀ ਛੋਟਾ ਰਹਿ ਗਿਆ ਔਰ ਚੱਕ ਪਹਿਲੇ ਲਗਾਇਆ ਉਹ ਤਾਂ ਕੈਚ ਹੋ ਜਾਂਦਾ ਪਹਿਲੇ ਲਗਾਉਣਾ ਤਾਂ ਸਮਾਨ ਲੇਟ ਲਗਾਇਆ ਕੈਚ ਨਹੀਂ ਹੋਇਆ ਤਾਂ ਚਲੋ ਆਪਾਂ ਚੱਲਦੇ ਹਾਂ ਆਪਣੇ ਰਸਤੇ ਵੱਲ ਮੈਦਾਨ ਮੇਂ ਜਾਓ ਉਹ ਜਾ ਜਾਂਦਾ ਅਤੇ ਫਲਾਈਟ ਆਪਾਂ ਵੀ ਜਾਵਾਂਗੇ ਥੋੜ੍ਹੇ ਦਿਨ ਬਾਅਦ ਟੂਰ ਕੱਟ ਕੇ ਆਵਾਂਗੇ ਦੇਖੋ ਕਿੱਦਾਂ ਕੰਮ ਕਾਰ ਚੱਲਦੇ ਚੜ੍ਹਦੀ ਜਵਾਨੀ ਡੁਬਈ ਵਿੱਚ ਆ ਗਿਆ ਉਹ ਤੇਰੀ ਸੈਨੀ ਸਕਾਨੀਆ ਹਾਈਡ੍ਰੋਲਿਕ ਮੋਬਾਈਲ ਟ੍ਰੇਨ ਬੜੀਆਂ ਵੱਡੀਆਂ ਵੱਡੀਆਂ ਸਭ ਚਾਈਨੀਜ਼ ਆ ਚਾਈਨਾ ਕੋਲ ਹੀ ਇੰਨਾ ਦਿਮਾਗ ਆ ਉਹ ਤਾਂ ਲੱਗਦਾ ਕੋਈ ਡਿਵੈਲਪ ਨਹੀਂ ਕਰਦਾ ਉੱਥੇ ਬਿਲਡਿੰਗਾਂ ਬਹੁਤ ਵੱਡੀਆਂ ਬਣਦੀਆਂ ਨਾ ਟਰੱਕ ਟਰੱਕੀ ਕਰਨੇ ਚਾਹੀਦੇ ਟਰੱਕ ਕਰਨੇ ਪੁਰਾਣੇ ਵੋਲਵੋ ਵੋਲਵੋ ਜਿਹੇ ਮੈਸਰੀ ਦਾ ਮੀਟਰ ਬੈਲਟ ਨਹੀਂ ਚੱਲਦਾ ਇੱਥੇ ਲਾਸਟ ਮਿਲ ਗਿਆ ਆਪਾਂ ਨੂੰ
ਆਪਾਂ ਬਹੁਤ ਜ਼ੋਰ ਲੱਗ ਰਿਹਾ ਰੇਤ 'ਚ ਰੋਡ 'ਤੇ ਹੋ ਜੇ ਫਿਰ ਆਪਾਂ ਕਿੰਨਾ ਖੂਬਸੂਰਤ ਨਜ਼ਾਰਾ ਸਾਹਮਣੇ ਢਲਦਾ ਸੂਰਜ ਚੱਲਦੀਆਂ ਗੱਡੀਆਂ ਇੱਕ ਡਿਵੈਲਪ ਸ਼ਹਿਰ ਦੀ ਨਿਸ਼ਾਨੀ ਦਿਖਾ ਰਹੀਆਂ ਕਿੰਨਾ ਸ਼ਾਂਤ ਮਾਹੌਲ ਹੈ ਕੋਈ ਹੌਰਨ ਨਹੀਂ ਪਾਂ ਟੀਟੀ ਨਹੀਂ ਕੋਈ ਗਾਲੀ ਗਲੋਚ ਨਹੀਂ ਜਦੋਂ ਰੇਤ ਚੜ੍ਹਦਾ ਨਾ ਜਾਨ ਨਿਕਲ ਜਾਂਦੀ ਉਹ ਤਾਂ ਬਸ ਇੱਥੇ ਬੰਦ ਕਰਦੇ ਵੀ ਲਾਓ ਜਾ ਅਤੇ ਚੱਕ ਕੇ ਸਾਈਕਲ ਰੂਮ 'ਚ ਪਹੁੰਚ ਜਾ ਅੱਗੇ ਮਸਜਿਦ ਆਊਗੀ ਆਹ ਮਾਰਕੀਟ ਬਹੁਤ ਫੇਮਸ ਆ ਛੋਟੀ ਆ ਇਸ ਲਈ ਇਸ ਏਰੀਏ 'ਚ ਫੇਮਸ ਮਾਰਕੀਟ ਆ ਸਕਦਾ ਆ ਰਿਹਾ ਮਸਜਿਦ ਆ ਗਈ ਅਸੀਂ ਤਾਂ ਆਪਾਂ ਯੂਟਰਨ ਮਾਰ ਲਗੇ ਆਪਾਂ ਜਾਣਾ ਉੱਧਰ ਬਾਬੇ ਨੇ ਐਨਕ ਵੀ ਗਾਲੀ ਲਾਈ ਇਹ ਤਾਂ ਰੰਗ ਵੀ ਉਹੀ ਆ ਇੱਥੇ ਕਹਿੰਦੇ ਡੋਂਟ ਕੇਅਰ ਅਬਾਊਟ ਵਰਲਡ ਵਟ ਯੂ ਵਾਂਟ ਟੂ ਡੂ ਡੂ ਉਹ ਤੇਰੀ ਟ੍ਰੈਫਿਕ ਫੁੱਲ ਜੋਨਾਂ 'ਤੇ ਇੱਕ ਜਹਾਜ਼ ਉਹ ਚੱਲਿਆ ਬਹੁਤ ਵੱਡਾ ਯਾਰ ਬਹੁਤ ਲੰਬੀ ਲੈਣਾ ਦੂਜੀ ਸਾਈਡ 'ਤੇ ਜਾਣ ਦਾ ਮੌਕਾ ਨਹੀਂ ਮਿਲਣਾ ਥੋੜ੍ਹਾ ਯਾਰ ਭੈੜਾ ਕੰਮ ਆ ਕਿ ਸਾਈਕਲ ਜਾਂ ਪੈਦਲ ਜਾਣ ਵਾਲੇ ਨੂੰ ਇੱਥੇ ਜਗ੍ਹਾ ਕੁਛ ਘੱਟ ਬਣੀ ਆ ਠੀਕ ਕਹਿੰਦੇ ਗੱਡੀ ਲੈ ਕੇ ਰੱਖੋ ਦੀ ਬਸ ਪੈਦਲ ਜਾਣ ਦਾ ਅਤੇ ਸਾਈਕਲ 'ਤੇ ਜਾਣ ਦਾ ਤੁਹਾਡਾ ਮਤਲਬ ਹੀ ਇਹ ਥੋੜ੍ਹਾ ਚੰਗਾ ਲੱਗਦਾ ਮੈਨੂੰ ਇਹ ਬਹੁਤ ਉੱਚੀ ਚਲੀ ਜਾਂਦੀ ਹੈ ਯਾਰ ਉੱਪਰ ਬਹੁਤ ਉੱਪਰ ਲਿਫਟ ਚੱਕ ਦੇਣਾ ਹੁਣ ਥੋੜ੍ਹਾ ਜਿਹਾ ਲੱਗਦਾ ਜਾ ਸਕਦੇ ਹਾਂ ਮੈਨੂੰ ਥੋੜ੍ਹਾ ਜਿਹਾ ਪਾਸਾ ਚੇਂਜ ਕਰ ਲੈਣਾ ਚਾਹੀਦਾ ਹੋ ਇੱਕ ਬਾਈ ਤਾਂ ਕੱਢ ਲਿਆ ਜਾਲ ਦੀ ਸਮਾਨ ਨਾਲ ਮੈਂ ਤਾਂ ਸੋਚ ਰਹਾ ਹਾਂ ਉੱਧਰ ਜਾਣੇ ਕਿ ਆਪ ਤੋਂ ਆ ਵੀ ਗਿਆ ਹੈ ਇਸ ਲਈ ਜੋ ਕਰਨਾ ਕਰੋ ਸੋਚਣ 'ਚ ਟਾਈਮ ਬਰਬਾਦ ਨਾ ਕਰੋ ਕਰਕੇ 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 ਲੈ ਵੀ ਆਪਾਂ ਵੀ ਰਿਸਕ ਲੈ ਕੇ ਪਾਰ ਕਰਕੇ ਪੂਰੇ 7-5-7 ਮਿੰਟ ਲੱਗ ਗਏ ਪਾਰ ਕਰਨ 'ਤੇ ਪਰ ਕਰਕੇ ਇਹ ਥੋੜ੍ਹਾ ਜਿਹਾ ਭੈੜਾ ਕੰਮ ਹੈ ਯਾਰ ਰੋਡ ਬਣ ਰਹੀ ਆ ਬਸ ਕੁਝ ਕਿੰਨਾ ਚਿਰ ਰੋਡ ਓਪਨ ਹੋ ਗਿਆ ਇੱਕ ਮਹੀਨੇ 'ਚ ਰੋਡ ਇਹਨਾਂ ਨੇ ਪੂਰਾ ਬਣਾ ਤਾ ਕਿੰਨਾ ਸੋਹਣਾ ਰੋਡ ਹੈ ਬੇਕਾਰ ਰੋਡ ਸੀ ਪਹਿਲਾਂ ਇਸ ਰੋਡ 'ਤੇ ਟ੍ਰੈਫਿਕ ਜ਼ਿਆਦਾ ਹੁੰਦਾ ਨਾ ਤਾਂ ਕਰਕੇ ਕੰਸਟਰਕਸ਼ਨ ਹੋ ਗਈ
ਉਹ ਨੀਲੀ ਸਕਿਉਰਟੀ ਜਿਹੜੀ ਆਈ ਸੀ ਉਹ ਮੇਰੀ ਕੰਪਨੀ ਆ, ਮੈਂ ਛੱਡ ਚੁੱਕਿਆ। लैवल जो पूरे करने वाली गेम खेलता ना मैं, आप उधरों आए हैं फिर वापस चला गए।